ਚਲੋ ਮੇਰੇ ਥੋੜੀ ਮੂੰਹ ਤੇ ਸੱਟ ਆ ਬਾਈ, ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਸੀ, ਅਸੀਂ ਦੋ ਜਾਣੇ ਤੇ ਨਾਨੀ ਨੂੰ ਲੈ ਕੇ ਅਸੀਂ ਤਾਂ ਗੱਲ ਕਰਨ ਆਇਆ, ਮੈਂ ਤਾਂ ਆਪ ਬਿਮਾਰ ਚੱਲਦਾ ਸੀ, ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐਂ ਕਰਿਆ, ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭੁਲੇਖੇ 'ਚ ਲੈ ਕੇ ਕਰਤਾ ਸਾਨੂੰ, ਸਾਨੂੰ ਐਂ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ। ਪਹਿਲਾਂ ਤਾਂ ਉੱਥੇ ਰਾੜਾਂ ਮਾਰੀਆਂ, ਗੱਡੀ ਭੰਨਤੀ ਸਾਰੀ, ਫਿਰ ਹਸਪਤਾਲ ਦੇ ਮੂਹਰੇ CCTV ਕੈਮਰਾ, ਉਹ ਤੁਸੀਂ ਕਢਾ ਕੇ ਦੇਖ ਲਓ, ਉਹਦੇ ਵਿੱਚ ਐਨ ਸਾਫ਼ ਦਿਖਦਾ, ਕਹਿੰਦਾ ਉਹ ਖੜ੍ਹਾ ਉਹ ਖੜ੍ਹਾ, ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਤਾ, ਸਾਰੀ ਬਾਂਹ ਟੁੱਟ ਗਈ ਅਤੇ ਸਾਰੀ ਬਾਂਹ ਫਟੀ ਪਈ ਆ, ਆਹ ਉਂਗਲਾਂ ਟੁੱਟ ਗਈਆਂ, ਇੱਕ ਲੱਤ ਟੁੱਟ ਗਈ, ਆਹ 4 ਦੰਦ ਟੁੱਟ ਗਏ, ਅਤੇ ਤੁਸੀਂ ਮੈਨੂੰ ਦੱਸੋ ਜੇ ਮੈਂ, ਤੁਸੀਂ ਕਹਿੰਦੇ ਵੀ ਗੋਲਡੀ ਬਰਾੜ ਜਾਂ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ, ਤੁਹਾਡੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਪੱਤਰਕਾਰ, ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਦਿੰਦਾ ਮੇਰਾ ਉਹ ਹੋਵੇ ਤਾਂ ਮੈਂ ਇਕੱਲਾ ਆਉਂਦਾ ਲੜਨ ਦਿੰਦਾ, ਨਾਲੇ ਇਹ 10-15 ਜਾਣੇ ਮੈਂ ਇਕੱਲਾ ਆਇਆ, ਨਾਲੇ ਮੇਰੀ ਘਰਵਾਲੀ ਨੂੰ ਇਹਨਾਂ ਨੇ ਧੱਕੇ ਨਾਲ ਰੱਖਿਆ ਹੋਇਆ ਜੀ, ਮੇਰੀ ਘਰਵਾਲੀ ਨੂੰ ਇਹਨਾਂ ਨੇ ਕਿਡਨੈਪ ਕਰਕੇ ਰੱਖਿਆ ਹੋਇਆ ਸੀ ਤਾਂ ਹੀ ਆਏ ਸੀ, ਇਹਨਾਂ ਨੂੰ ਐਂ ਪੁੱਛੋ ਕਿ ਵੀ ਘਰਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ, ਉਦੋਂ ਬਾਅਦ 'ਚ ਮੇਰੀ ਸੱਸ ਆ ਜਿਹੜੀ ਇਹਦਾ ਮੈਂ ਬਾਅਦ 'ਚ ਦੁਬਾਰੇ ਖੁਲਾਸੇ ਕਰੂੰਗਾ ਵੀ ਇਹ ਕੌਣ ਆ, ਇਹ ਕਹੀ ਜੀ ਆ, ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ, ਪਰ ਇੱਕ ਵਾਰ ਮੇਰੀ ਘਰਵਾਲੀ ਨੂੰ ਤੁਸੀਂ, ਤੁਹਾਨੂੰ ਮੇਰੀ ਬੇਨਤੀ ਆ, ਉਹਨੂੰ ਮੇਰੇ ਸਾਹਮਣੇ ਲੈ ਕੇ ਆਓ, ਘਰਵਾਲੀ ਨੂੰ ਤਾਂ ਲੁਕੋਈ ਹੋਈ ਆ ਜੀ ਇਹਨਾਂ ਦੀ, ਘਰਵਾਲੀ ਦਾ ਹੋ ਗਏ 2 ਮਹੀਨੇ ਲੁਕੋਈ ਜੀ, ਜਿਹੜੇ ਵਾਈਪਰ ਚਲਾਉਣੇ ਹੋਰ ਜਿਹੜੇ ਧਮਕੇ ਸਾਰੇ ਝੂਠ ਨੇ ਯਾਰ, ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ, ਜੇ ਅਸੀਂ ਵਾਈਪਰ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜ੍ਹੀ ਇਹਨਾਂ ਨੂੰ, ਅਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲਏ, ਤੁਸੀਂ ਆਪ ਸੋਚੋ ਤੁਸੀਂ ਕਿਸੇ ਲੇਡੀਜ਼ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨੂੰ ਲੜਨ ਲੈ ਰਹੇ, ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ, ਇਹਦੀ ਮਾਂ ਸੀ ਜਿਹੜੀ ਗੁਰਜੀਤ ਕੌਰ ਆ, ਜਿਹਦੇ ਨਾਲ ਲੜਾ ਜਿਹਦੀ ਮਾਂ ਗੁਰਜੀਤ ਕੌਰ ਦੀ ਸਕੀ ਮਾਂ ਸੀ, ਉਹ ਕੁੜੀ ਦੀ ਨਾਨੀ ਸੀ, ਅਸੀਂ ਤਾਂ ਯਾਰ ਮੈਨੂੰ ਕੀ ਪਤਾ ਸੀਗਾ ਵੀ ਇਹ ਐਂ ਕਰਨਗੇ, ਠੀਕ ਆ, ਅਤੇ ਚਲੋ ਇਹਨਾਂ ਨੇ ਜੋ ਕਰਨਾ ਦੀ ਘਰ ਆਇਆ ਨਾ ਸਾਡੇ ਨਾਲ ਕਰਤਾ, ਚਲੋ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੋਂ ਕਰਾ ਲੈਣਗੇ, ਜਾਂ ਕੋਈ ਨਹੀਂ ਭਰੋਸੇ 'ਚ ਲੈ ਕੇ ਥੋੜ੍ਹਾ ਜਿਹਾ ਕਰਤਾ ਸਾਡਾ ਕੰਮ। ਖੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ, ਅਤੇ ਪਹਿਲਾਂ ਵੀ 2-3 ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ, ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ, ਅਤੇ ਪੈਸਿਆਂ ਦੀ ਮੰਗ ਕਰਦੇ ਸੀਗੇ ਪਹਿਲਾਂ ਤੋਂ ਆਪਣੇ ਤੋਂ, 2-3 ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ, ਰਿਸ਼ਤੇਦਾਰਾਂ ਦਾ ਇਕੱਠ ਕਰਕੇ ਫੇਰ ਲੈ ਜਾਂਦੇ ਸੀਗੇ, ਅਤੇ ਪਹਿਲਾਂ ਇਹ ਆ ਕਿ ਇੱਕ ਵਾਰੀ ਰਾਤ ਨੂੰ 1-1:30 ਵਜੇ ਉਦੋਂ ਵੀ ਦਰਵਾਜ਼ੇ ਦਰੂਜੇ ਭੰਨ ਗਿਆ, ਮਾਰਨ ਮੂਰਨ ਲੱਗਿਆ, ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਏ, ਅੱਗੇ ਅਗਲੇ 2-4 ਵੱਜੀਆਂ ਜੋ ਵੀ, ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀਗੀ ਪਹਿਲਾਂ ਹੀ 100-12 'ਤੇ, ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ, ਇਸ ਵਾਰੀ ਇਹ ਘਰ ਆ ਕੇ, ਮੈਂ ਥੋੜ੍ਹਾ ਜਿਹਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ, ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ, ਜਦ ਨੂੰ ਮੈਂ ਸਾਹਮਣੇ ਆਇਆ ਇਹਨਾਂ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ, ਇਹ ਗੋਲੀਆਂ ਮਾਰਦਾ ਘਰੋਂ ਭੱਜ ਗਿਆ, ਗਵਾਂਢੀ ਉੱਥੇ ਸਾਰੇ ਗਵਾਹ ਨੇ, ਗੱਡੀ 'ਚੋਂ ਗੋਲੀਆਂ ਮਾਰਦਾ ਹੀ ਗਿਆ, ਮੇਰੇ 'ਤੇ ਵੀ ਗੋਲੀਆਂ ਚਲਾਈਆਂ ਨੇ ਇਹਨੇ, ਮਾਤਾ ਦੇ ਵੀ ਪੱਟ 'ਚ ਲੱਗੀ ਆ, ਮੇਰੇ 'ਤੇ ਵੀ ਗੋਲੀਆਂ ਚਲਾਈਆਂ ਨੇ, ਇੱਕ ਹੋਰ ਮੁੰਡੇ ਦੇ ਲੱਤ 'ਚ ਗੋਲੀ ਲੱਗੀ, ਇਹ ਆਪਣੀ ਸਿਫਾਰਸ਼ਾਂ ਸਪੁਰਸ਼ਾਂ ਪਵਾ ਕੇ ਪਿਛਲੀ ਵਾਰੀ ਵੀ ਹਰੇਕ ਵਾਰੀ ਪੁਲਿਸ ਨੂੰ ਦੱਬ ਜਾਂਦਾ ਜੀ, ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਅਸੀਂ ਆਪਣੀ ਕੁੜੀ ਦਾ ਖਿਹੜਾ ਜੜਾਉਣਾ ਇਹਦੇ ਤੋਂ, ਅਤੇ ਇਹਨੇ ਘਰ 'ਤੇ ਆ ਕੇ 2 ਵਾਰ ਸੜ ਕੇ ਹਮਲਾ ਕਰੀ, ਇਸ ਵਾਰੀ ਵੀ ਗੋਲੀਆਂ ਚਲਾਈਆਂ। ਕਾਰਵਾਈ ਨਹੀਂ ਕੀਤੀ ਉਦੋਂ ਤਿੰਨ ਬੰਦੇ ਮੇਰੇ ਘਰੇ ਆਏ ਸੀ ਅੱਜ ਵੀ ਤਿੰਨ ਜਣੇ ਆਏ ਸੀਗੇ ਫਿਰ ਮੇਰੀ ਮਾਂ ਨੂੰ ਬਿਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀਗੀ ਤਿੰਨ ਜਣੇ ਇਹਦੇ ਨਾਲ ਹੋਰ ਆਏ ਸੀ ਦੋ ਰਿਵਾਲਵਰ ਸੀ ਇਹਨਾਂ ਤੋਂ ਦੋ ਰਿਵਾਲਵਰਾਂ ਨਾਲ ਗੋਲੀਆਂ ਮਾਰੀਆਂ
ਕਹਿੰਦਾ ਮੈਂ ਲੈ ਕੇ ਜਾਊਂਗਾ, ਨਹੀਂ ਤੁਹਾਨੂੰ ਮਾਰੂਗਾ। ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਗਾ ਜੀ। ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਿਠਾ ਰੱਖਿਆ, ਡਰ ਬੁਰੀ ਤਰ੍ਹਾਂ ਵੀ ਤੇਰੇ ਮਾਂ ਬਾਪਾ ਨੂੰ ਮੈਂ ਮਾਰਦੀ, ਤੇਰੀ ਮਾਂ ਨੂੰ ਮਾਰਦੀ, ਤੇਰੇ ਭਾਈ ਨੂੰ ਮਾਰਦੀ। ਉਹ ਡਰਾਈ ਪਈ ਆ। ਹੁਣ ਮੇਰੀ ਕੁੜੀ ਪੜ੍ਹਨਾ ਚਾਹੁੰਦੀ ਹੈ, ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ। ਮੈਂ ਫੀਸ ਭਰੀ ਹੋਈ ਆ। ਕਿੰਨੇ ਵਜੇ ਆਏ ਸੀ, ਕੀ ਮਾਮਲਾ ਹੋਇਆ? ਇਹ 3:15 ਮੇਰੇ ਘਰੇ ਆਇਆ। ਮੈਂ ਪੁਲਿਸ ਨੂੰ ਵੀ ਫੋਨ ਕੀਤਾ, ਇਹ ਮੈਨੂੰ ਕਹਿੰਦਾ ਮੈਂ ਕਰਦਾ ਮੈਨੂੰ ਕਹਿੰਦਾ ਮੇਰੀ ਕੰਧ ਨਹੀਂ ਕਰ ਸਕਦਾ। ਕਹਿੰਦਾ ਸੀ ਕਹਿੰਦਾ ਕੋਈ ਖਾੜਪੂਆ, ਕਹਿੰਦਾ ਮੇਰੇ ਨਾਲ ਬ੍ਰਹਮੇ ਦਾ ਬ੍ਰਹਮਾ ਬ੍ਰਹਮੇ ਦਾ ਕੋਈ ਬੰਦਾ ਸੀਗਾ ਉਹਦੇ ਨਾਲ। ਮੈਨੂੰ ਨੀ ਪਤਾ, ਮੈਂ ਪਹਿਲੀ ਵਾਰ ਦੇਖਿਆ। ਮੈਂ ਉਹਦੇ ਪੈਰਾਂ 'ਚ ਪੱਗ ਵੀ ਰੱਖੀ ਕਿ ਵੀਰੇ ਮੈਂ ਨੀ ਆਪਣੀ ਕੁੜੀ ਤੋਰਤੀ ਇਹ ਜੀ, ਆਹ ਕੁਛ ਕਰਦਾ। ਮੈਂ ਅੱਜ ਤੁਹਾਨੂੰ ਦਰਵਾਜ਼ਾ ਦਿਖਾਵਾਂ। ਚੱਲ ਮੈਂ ਦਰਵਾਜ਼ਾ ਦਿਖਾਉਣ ਨੂੰ ਕਿਹਾ ਵੀ ਆ ਜਾ। ਦੋ ਗੇਟ ਤੋਂ ਮੇਰੇ ਜਦੋਂ ਪਿਛਲੇ ਦਰਵਾਜ਼ੇ ਵੱਲ ਨੂੰ ਲੈ ਕੇ ਜਾ ਰਹੀ, ਜਦੋਂ ਇਹਨੇ ਰਿਵਾਲਵਰ ਨਾਲ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੀਆਂ ਗੱਲਾਂ ਨੇ ਸਾਹਮਣੇ ਦੁਨੀਆਂ ਦੇ ਲੈ ਕੇ ਜਾ। ਪਤਾ ਹੀ ਨੀ ਕਿੰਨੀਆਂ ਚਲਾਈਆਂ, ਦੋ ਰਿਵਾਲਵਰ ਤੇਰੇ ਪੱਟ ਚ ਗੋਲੀ ਦਿੱਤੀ ਆ, ਪਿੱਛੇ ਲੱਤ ਚ ਗੋਲੀ ਵੱਜ ਕੇ ਬੁਰੇ ਨਿਕਲ ਗਏ। ਪਹਿਲਾਂ ਵੀ 112 ਤੇ ਕੰਪਲੇਂਟ ਕੀਤੀ ਸੀਗੀ, ਜਦੋਂ ਰਾਤ ਨੂੰ ਇਹਨੇ ਮੇਰੇ ਘਰ ਤੇ ਹਮਲਾ ਕੀਤਾ, ਮੇਰੇ ਦਰਵਾਜ਼ੇ ਤੋੜੇ ਪਏ ਨੇ, ਪੁਲਿਸ ਨੇ ਕੋਈ ਕਾਰਵਾਈ ਨੀ ਕੀਤੀ ਹੈ ਜੀ। ਕੀ ਮੰਗ ਕਰਦੇ ਹੋ? ਮੈਂ ਇਨਸਾਫ਼ ਦੀ ਮੰਗ ਕਰਦੀ ਹਾਂ। ਕੌਰ ਨੇ ਮਾਤਾ ਗੁਜਰੀ ਕੋਲਨੀ 'ਚ ਰਹਿੰਦੇ ਨੇ, ਉਹਨਾਂ ਦੀ ਜਿਵੇਂ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਸੰਗਰੂਰ ਤੋਂ, ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ। ਇਹਨਾਂ ਦਾ ਕੋਈ ਆਪਸ ਮੈਟ੍ਰੀਮੋਨੀਅਲ ਡਿਸਪਿਊਟ ਚੱਲਦਾ। ਅੱਜ ਇਹ ਮੇਰੇ ਖਿਆਲ ਦੋਨੇ ਪਾਰਟੀ ਇਹਨਾਂ ਦੇ ਘਰ ਇਕੱਠੀਆਂ ਹੋਈਆਂ ਸੀਗੀਆਂ, ਅਤੇ ਗੁਰਵਿੰਦਰ ਸਿੰਘ ਹੋਣੀ ਆਪਣੇ ਨਾਲ 2-3 ਜਣੇ ਲੈ ਕੇ ਆਏ ਸੀ। ਇਹਨਾਂ ਦੀ ਕੀ ਗੱਲ ਚੱਲ ਰਹੀ ਸੀ ਸਾਨੂੰ ਨਹੀਂ ਪਤਾ। ਇਹਨਾਂ ਦੀ ਪਹਿਲਾਂ ਉੱਥੇ ਆਪਸ 'ਚ ਲੜਾਈ ਹੋਈ ਹੈ ਦੋਨਾਂ ਦੀ ਗਰੁੱਪਸ ਨੇ, ਉਸ ਤੋਂ ਬਾਅਦ ਆਫਟਰ ਦੈਟ ਜਦੋਂ ਇਹ ਹੋਸਪਿਟਲ ਦਾਖਲ ਹੋਣ ਆਏ ਹੈ ਉਦੋਂ ਇਹਨਾਂ ਦੀ ਲੜਾਈ। ਇਹ ਤਕਰੀਬਨ ਕੁਛ 3:30-4 ਕੁ ਵਜੇ ਦੀ ਗੱਲ ਹੈ, ਸਾਨੂੰ ਇਨਫੋਰਮੇਸ਼ਨ ਆਈ ਹੈ ਅਸੀਂ ਹੋਸਪਿਟਲ ਆਏ ਹਾਂ। ਜਿਹੜੇ ਗੁਰਵਿੰਦਰ ਸਿੰਘ ਹੋਣੀ ਨੇ ਅਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਉਰੇ, ਅਤੇ ਜਿਹੜੀ ਗੁਰਜੀਤ ਕੌਰ ਹੋਣੀ ਨੇ ਉਹਨਾਂ ਦੇ ਜਿਵੇਂ ਥਾਏ 'ਚ ਪੱਟ 'ਚ ਉਹਨਾਂ ਦੇ ਗੋਲੀ ਲੱਗੀ ਹੈ ਅਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ, ਚੀਫ ਟੀਮ ਚੰਡੀਗੜ੍ਹ ਭੇਜੀ ਇਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਕਰੋ। ਅਤੇ ਬੀਬੀ ਸਰਜੀਤ ਕੌਰ ਕਹਿੰਦੇ ਨੇ ਸਰ ਨਾਲ ਗੱਲਬਾਤ ਹੋਈ ਸੀ, ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬਾਬਾ ਉਹਨਾਂ ਦਾ ਜਮਾਈ ਹੈ ਵੀ ਉਹ ਸਾਨੂੰ ਥਰੈਟ ਕਰਦਾ ਲਗਾਤਾਰ, ਗੋਲਡੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਸੀ, ਪੁਲਿਸ ਨੂੰ ਸੁਚੇਤ ਵੀ ਕਰਿਆ, ਇੱਦਾਂ ਕਹਿੰਦੇ ਨੇ। ਦੇਖੋ ਜੀ, ਹਲੇ ਸਾਡੀ ਗੁਰਜੀਤ ਕੌਰ ਉਹਨਾਂ ਦੇ ਕੋਈ ਉਰੇ ਹੈ ਵੀ ਨਾ, ਉਹਨਾਂ ਦੇ ਨਾਲ ਗੱਲ ਹੋਈ ਹੈ। ਜੇ ਕੋਈ ਇਹੋ ਜਿਹੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਾਰਵਾਈ ਹੋ ਗਈ, ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈਗਾ, ਅਸੀਂ ਤਾਂ ਜਿਹੜੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਜਿਹੜੀ ਇੱਕ ਪਾਰਟੀ ਦਾਖਲ ਹੈ ਉਹਨਾਂ ਨਾਲ ਸਾਡੀ ਗੱਲ। ਜੇ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਊਗੀ। ਅਤੇ ਵਾਈਕਲ ਕਿਹਨਾਂ ਵੱਲੋਂ ਯੂਜ਼ ਕਰਿਆ ਗਿਆ? ਦੇਖੋ ਜੀ, ਗੁਰਜੀ ਹਲੇ ਤੱਕ ਇੰਨੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਗੋਲੀ ਲੱਗੀ ਹੈ, ਕਿਹਨੇ ਚਲਾਈ ਹੈ, ਕਿਵੇਂ ਚੱਲੀ ਹੈ, ਇਹ ਹਲੇ ਕਲੀਅਰ ਨਹੀਂ।